أعوذ بالله من الشيطان الرجيم بسم الله الرحمن الرحيم رب اشرح لي صدري ويسر لي امري واحلل عقدة من لساني يفقهوا قولي سورہ آل عمران آیت نمبر 17 جڑے صبر کرنے والے تے سچ آکھنے والے تے حکم مننے والے تے خرچ کرنے والے تے رات نی آخری گھڑیاں وچ بخشش منگنے والے وے اچھا ہن ایتھے اس آیت وچ ਇਹ ਜਿਹੜੇ ਜੰਨਤ ਨੇ ਅਕਦਾਰ ਲੋਕ ਹੈ ਉਹਨਾਂ ਦੀਆਂ ਕੁਝ ਸਿਫਤਾਂ ਬਿਆਨ ਹੋਈਆਂ ਕੋਈ ਆਦਤਾਂ ਬਿਆਨ ਹੋਈਆਂ ਇਸ ਵਿੱਚ ਪਹਿਲੀ ਆਦਤ ਇਹ ਹੀ ਕਿ ਇਹ ਸਬਰ ਕਰਨੇ ਯਾਨੀ ਕਿ ਇਹ ਲੋਕ ਬੜੇ ਸਬਰ ਨਾਲ ਅੱਲਾ ਨੇ ਹੁਕਮਾਂ ਉੱਪਰ ਕਾਇਮ ਰਹਿਣੇ ਅਤੇ ਪਰੇਸ਼ਾਨੀਆਂ ਵਿੱਚ ਬੇਸਬਰੀ ਅਤੇ ਨਾ ਸ਼ੁਕਰੀ ਨਾ ਮੁਜ਼ਾਹਰਾ ਨਹੀਂ ਕਰਨੇ ਆਪਣੇ ਗੁੱਸੇ ਕੀ ਕਾਬੂ 'ਚ ਰੱਖਣੇ ਅਤੇ ਦਰਗੁਜ਼ਰ ਨਾਲ ਕੰਮ ਕਿੰਨੇ ਦੂਈ ਇਹਨਾਂ ਦੀ ਆਦਤ ਹੈ ਕਿ ਇਹ ਹਮੇਸ਼ਾ ਸੱਚ ਬੋਲਣੇ ਕੋਈ ਵੀ ਮੌਕਾ ਵੈ ਬੜੀ ਗੱਲ ਵੈ ਜਾਂ ਛੋਟੀ ਗੱਲ ਵੈ ਇਹ ਕਦੇ ਵੀ ਸੱਚ ਨਾ ਦਾਮਨ ਆਪਣੇ ਹੱਥੇ ਸੁ ਗੱਛਣ ਨਹੀਂ ਦੇਣੇ ਅਤੇ ਫਿਰ ਉਹ ਤੀਸਰੀ ਸਿਫਤ ਇਹਨਾਂ ਦੀ ਬਿਆਨ ਹੋਈ ਕਿ ਕਾਨਿਤੀਨ ਹੈ ਯਾਨੀ ਕਿ ਉਹ ਅੱਲਾਹ ਵਾਸਤੇ ਬੜੀ ਆਜਜ਼ੀ ਕਰਨੇ ਅੱਲਾਹ ਨੇ ਸਾਹਮਣੇ ਬੜੀ ਆਜਜ਼ੀ ਨਾਲ ਖਲਨੇ ਅਤੇ ਬੜੇ ਅਦਬ ਨਾਲ ਪੇਸ਼ਿਸ਼ ਨੇ ਚੌਥੀ ਸਿਫਤ ਇਹ ਕਿ ਉਹ ਆਪਣੇ ਮਾਲਾਂ ਵਿੱਚੋਂ ਜ਼ਰੂਰਤਮੰਦਾਂ ਉੱਪਰ ਖਰਚ ਕਰਨੇ ਅਤੇ ਪੰਜਵੀਂ ਅਤੇ ਆਖਰੀ ਸਿਫਤ ਇਹ ਕਿ ਉਹ ਰਾਤ ਦੀ ਆਖਰੀ ਘੜੀਆਂ ਵਿੱਚ ਯਾਨੀ ਤਹੱਜਦ ਦੇ ਵੇਲੇ ਅੱਲਾਹ ਤਾਲਾ ਨੇ ਹਜ਼ੂਰ ਗਿੜਗਿੜਾਉਣੇ ਅਤੇ ਆਪਣੇ ਗੁਨਾਹ ਦੀ ਮਾਫ਼ੀ ਮੰਗਣੇ ਵਾ ਆਖਰ ਉ ਦਵਾਨਾ ਅਨ ਅਲਹਮਦੁਲਿਲਾਹ ਰੱਬਿਲ ਆਲਮੀਨ الصابرين والصادقين والقانتين والمنفقين والمستغفرين بالأسحار